ਜਿਹੜੇ ਭੁੱਖਾਂ ਵਿੱਚ ਮਾਰਦੇ ਨੇ ਧੀਆਂ ਨੂੰ, ਉਹਨਾਂ ਮੂੰਹਾਂ ਉੱਤੇ ਲਹਣਤਾਂ ਮੈਂ ਪਾਉਣੀ ਆ। ਬਾਪੂ ਫਿਕਰ ਨਾ ਕਰੀ ਮੇਰੇ ਵਿਆਹ ਦਾ, ਤੇਰੀ ਧੀ ਹੁਣ ਡਾਲੇ ਕਮਾਉਂਦੀ ਆ। ਇੱਕ ਕਰਦੀ ਸਟੜੀ ਦਿਲ ਲਾ ਕੇ ਜੀ, ਦੂਜਾ ਮਿਹਨਤਾਂ ਨਾਲ ਸ਼ਿਫਟਾਂ ਵੀ ਲਾਉਂਦੀ ਆ। ਸਤਿ ਸ਼੍ਰੀ ਅਕਾਲ ਜੀ, ਦਿਸ ਇਜ਼ ਬਾਣੀ ਸੰਧੂ। ਆਪਾਂ ਡੋਲਰ ਗਾਣੇ ਦਾ ਵੀਡੀਓ ਬਹੁਤ ਛੇਤੀ ਰਿਲੀਜ਼ ਕਰਨ ਲੱਗੇ ਹਾਂ, ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆ। ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਕੁੜੀਆਂ ਦੇ ਲਈ ਖਾਸ ਕਰਕੇ ਪਹਿਲਾ ਸੌਂਗ ਹੋਊਗਾ ਇੱਦਾਂ ਦਾ। ਸੋ ਮੈਂ ਸਾਰੀ ਕੁੜੀਆਂ ਨੂੰ ਕਹਿੰਦੀ ਹਾਂ ਜੀ, ਜਿਹੜੀਆਂ ਵੀ ਬਾਹਰਲੇ ਮੁਲਕਾਂ 'ਚ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੀਆਂ ਪਈਆਂ, ਸਟੱਡੀ ਵੀ ਕਰਦੀਆਂ ਪਈਆਂ ਨਾਲ ਦੀ ਨਾਲ, ਸੋ ਆਪ ਦੀ ਵੀਡੀਓਜ਼ ਮੈਨੂੰ ਬਣਾ ਕੇ ਮੇਰੇ ਅਫੀਸ਼ੀਅਲ ਅਕਾਊਂਟ 'ਤੇ ਸੈਂਡ ਕਰੋ। ਅਸੀਂ ਆਪਦੇ ਸੌਂਗ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਪਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਮੀਦ ਕਰਦੀ ਹਾਂ ਤੁਹਾਨੂੰ ਗਾਣਾ ਬਹੁਤ ਜ਼ਿਆਦਾ ਪਸੰਦ ਆਊਗਾ। ਥੈਂਕ ਯੂ। ਸਾਡੀ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਸਿੰਗਰ ਨੇ ਜਿਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਆਖਿਆ ਜਾਂਦਾ ਹੈ। ਤਾਂ ਅਜਿਹਾ ਇਸ ਲਈ ਕਿਉਂਕਿ ਉਹ ਆਪਣੇ ਬੈਕ ਟੂ ਬੈਕ ਸੌਂਗਸ ਲੈ ਕੇ ਆਉਂਦੇ ਨੇ। ਜੀ, ਮੈਂ ਗੱਲ ਕਰ ਰਹੀ ਹਾਂ ਕਰਨ ਔਜਲਾ ਦੀ, ਜਿੱਥੇ ਉਹ ਬੈਕ ਟੂ ਬੈਕ ਆਪਣੇ ਸੌਂਗਸ ਰਿਲੀਜ਼ ਤਾਂ ਕਰਦੇ ਨੇ, ਉੱਥੇ ਇੱਕ ਅਜਿਹੇ ਫੀਮੇਲ ਸਿੰਗਰ ਵੀ ਨੇ ਜੋ ਆਪਣੇ ਬੈਕ ਟੂ ਬੈਕ ਪ੍ਰੋਜੈਕਟਸ ਲੈ ਕੇ ਆਉਣ ਵਾਲੇ ਨੇ। ਜੀ, ਮੈਂ ਤੁਹਾਡੇ ਨਾਲ ਗੱਲ ਕਰਨ ਵਾਲੀ ਹਾਂ ਬਾਨੀ ਸੰਧੂ ਦੇ ਬਾਰੇ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਆਪਣੇ ਅਪਕਮਿੰਗ ਸੌਂਗ ਫੋਟੋ ਦਾ ਪੋਸਟਰ ਸਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਸੀ। ਉਸ ਤੋਂ ਪਹਿਲੇ ਉਹਨਾਂ ਨੇ ਆਪਣੇ ਸੌਂਗਸ ਦੀ ਅਨਾਊਂਸਮੈਂਟ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਲੈ ਕੇ ਆ ਰਹੇ ਨੇ ਆਪਣਾ ਸੌਂਗ ਡੋਲਰ, ਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਸੀ ਕਿ ਆਪਣਾ ਸੌਂਗ ਲੈ ਕੇ ਆ ਰਹੇ ਨੇ ਚੰਡੀਗੜ੍ਹ, ਜੋ ਲੈ ਕੇ ਆਣਗੇ ਰੋਹਨ ਪ੍ਰੀਤ ਦੇ ਨਾਲ ਕੋਲੈਬੋਰੇਟ ਕਰਕੇ, ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਉਹ ਲੈ ਕੇ ਆ ਰਹੇ ਨੇ ਆਪਣਾ ਸੋਫੀ ਤੇ ਡਿਮਾਂਡਾ ਸੌਂਗ। ਤੇ ਇਹ ਸਾਰੇ ਗਾਣਿਆਂ ਦੀ ਉਹਨਾਂ ਨੇ ਅਨਾਊਂਸਮੈਂਟ ਤਾਂ ਕੀਤੀ ਸੀ ਤੇ ਫੋਟੋ ਸੌਂਗ ਦਾ ਉਹਨਾਂ ਨੇ ਪੋਸਟਰ ਵੀ ਸ਼ੇਅਰ ਕਰ ਦਿੱਤਾ, ਪਰ ਹੁਣ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਅਪਕਮਿੰਗ ਸੌਂਗਸ ਦੀ ਲਿਸਟ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਇਸ ਲਿਸਟ ਨੂੰ ਦੇਖਣ ਤੋਂ ਬਾਅਦ ਮੈਨੂੰ ਕੁਝ ਐਡੀਸ਼ਨਸ ਵੀ ਨਜ਼ਰ ਆ ਰਹੇ ਨੇ, ਜਿੱਥੇ ਉਹਨਾਂ ਨੇ ਫੁਲਕਾਰੀ, ਚੰਡੀਗੜ੍ਹ, ਸੋਫੀ, ਡਿਮਾਂਡਾ ਤੇ ਡੋਲਰ ਸੌਂਗ ਦੀ ਅਨਾਊਂਸਮੈਂਟ ਪਹਿਲਾਂ ਕੀਤੀ ਹੋਈ ਸੀ। ਉਹਨਾਂ ਨੇ ਦੋ ਹੋਰ ਸੌਂਗਸ ਦੀ ਅਨਾਊਂਸਮੈਂਟ ਵੀ ਸ਼ੇਅਰ ਕੀਤੀ ਹੈ। ਇਸ ਸਟੋਰੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਮਿੰਗ ਸੂਨ, ਜੈਨ ਟੂ ਮਾਰਚ, ਫੋਟੋ, ਫੁਲਕਾਰੀ, ਚੰਡੀਗੜ੍ਹ, ਬ੍ਰੇਕਾਂ, ਇੱਕੋ ਗੱਲ, ਡੋਲਰ। ਸੋ ਜੀ, ਤੁਸੀਂ ਦੇਖਿਆ ਕਿ ਸਟੋਰੀ ਦੇ ਵਿੱਚ ਦੋ ਸੌਂਗਸ ਦੀ ਐਡੀਸ਼ਨ ਹੋ ਚੁੱਕੀ ਹੈ, ਜਿਸ ਦੇ ਵਿੱਚ ਇੱਕ ਦਾ ਟਾਈਟਲ ਹੈ ਇੱਕੋ ਗੱਲ ਤੇ ਉੱਥੇ ਹੀ ਹੈ ਬ੍ਰੇਕਾਂ। ਇਹਨਾਂ ਦੋਨਾਂ ਸੌਂਗਸ ਦੀ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਉਹ ਫੋਟੋ ਸੌਂਗ ਨੂੰ ਰਿਲੀਜ਼ ਕਰਨ ਵਾਲੇ ਸੀ ਡਿਸੰਬਰ ਮੰਥ ਦੇ ਵਿੱਚ, ਪਰ ਹੁਣ ਅਜਿਹਾ ਨਹੀਂ ਹੋਣ ਵਾਲਾ, ਇਸ ਗਾਣੇ ਨੂੰ ਉਹ ਲੈ ਕੇ ਆਣਗੇ ਜਨਵਰੀ ਦੇ ਵਿੱਚ। ਸੋ ਜੀ, ਜਨਵਰੀ ਤੋਂ ਲੈ ਕੇ ਮਾਰਚ ਤੱਕ ਦਾ ਪੂਰਾ ਸਕੇਡਿਊਲ ਸੈੱਟ ਹੈ ਬਾਨੀ ਸੰਧੂ ਦੇ ਲਈ, ਤੇ ਇਸ ਦੇ ਲਈ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਹਾਂ, ਤੇ ਸਭ ਤੋਂ ਜ਼ਿਆਦਾ ਐਕਸਾਈਟਡ ਹਾਂ ਮੈਂ ਫੋਟੋ ਸੌਂਗ ਦੇ ਲਈ, ਜਿਸ ਦਾ ਪੋਸਟਰ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਇਸ ਗਾਣੇ ਦੇ ਵਿੱਚ ਸਾਨੂੰ ਫੀਚਰ ਕਰਦੇ ਹੋਏ ਨਜ਼ਰ ਆਣਗੇ ਜਸ ਬਾਜਵਾ ਵੀ। ਸੋ ਜੀ, ਤੁਸੀਂ ਵੀ ਚੈੱਕ ਕਰੋ ਫੋਟੋ ਸੌਂਗ ਦੇ ਪੋਸਟਰ ਨੂੰ। ਫੋਟੋ ਸੌਂਗ ਦੇ ਵਿੱਚ ਅਸੀਂ ਇੰਜੋਏ ਕਰਨ ਵਾਲੇ ਹਾਂ ਬਾਨੀ ਸੰਧੂ ਦੀ ਆਵਾਜ਼ ਤੇ ਨਾਲ ਜਸ ਬਾਜਵਾ ਦੇ ਨਾਲ ਉਹਨਾਂ ਦੀ ਕੈਮਿਸਟਰੀ ਨੂੰ ਵੀ। ਇਸ ਗਾਣੇ ਨੂੰ ਲਿਖਿਆ ਹੈ ਜੱਸੀ ਲੋਖਾ ਨੇ ਤੇ ਜੱਸੀ ਲੋਖਾ ਇਸ ਸੌਂਗ ਦੀ ਵੀਡੀਓ ਨੂੰ ਵੀ ਡਾਇਰੈਕਟ ਕਰਦੇ ਸਾਨੂੰ ਨਜ਼ਰ ਆਣਗੇ, ਜਿੱਥੇ ਇਸ ਗਾਣੇ ਦੇ ਮਿਊਜ਼ਿਕ ਕੰਪੋਜੀਸ਼ਨ ਕੀਤੀ ਹੈ ਪ੍ਰੀਤ ਹੁੰਦਲ ਨੇ। ਸੋ ਹੁਣ ਅਸੀਂ ਉਡੀਕ ਕਰ ਰਹੇ ਸੌਂਗ ਦੇ ਅਫੀਸ਼ੀਅਲ ਰਿਲੀਜ਼ ਡੇਟ ਦੇ ਲਈ, ਜੋ ਕਿ ਬਹੁਤ ਜਲਦ ਅਨਾਊਂਸ ਕਰ ਦਿੱਤੀ ਜਾਵੇਗੀ ਬਾਨੀ ਸੰਧੂ ਦੇ ਵੱਲੋਂ। ਪਰ ਤੁਸੀਂ ਹੁਣ ਮੈਨੂੰ ਦੱਸਣਾ ਕਿ ਤੁਸੀਂ ਉਹਨਾਂ ਦੇ ਇਹਨਾਂ ਸਾਰੇ ਅਪਕਮਿੰਗ ਸੌਂਗਸ ਦੀ ਲਿਸਟ ਦੇ ਵਿੱਚੋਂ ਕਿਹੜੇ ਸੌਂਗ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹੋ। ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ, ਤੇ ਹੋ ਜੀ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।